ਹੁਣ ਥੋੜ੍ਹਾ ਜਿਹਾ ਮੈਂ ਇਹਨੂੰ ਸਾਗ ਨੂੰ ਦਵਾਵਾਂਗੀ। ਉਸ ਤੋਂ ਬਾਅਦ ਮੈਨੂੰ ਕਾਹਦੇ ਵਾਸਤੇ ਪਾਇਆ ਜਾਂਦਾ ਹੈ ਸਾਗ ਦੇ ਵਿੱਚ ਕਿ ਅੱਧਾ ਇਹ ਛੋਟਾ ਜਿਹਾ ਪਿਆਜ਼। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਸਾਗ ਬਣਾਉਣਾ ਸਿਖਾਉਂਦੀ ਹਾਂ ਆਪਣੇ ਪੰਜਾਬੀ ਤਰੀਕੇ ਨਾਲ। ਆਪਾਂ ਸਾਗ ਬਣਾ ਕੇ ਕਿਸ ਤਰ੍ਹਾਂ ਘਰ 'ਚ ਖਾ ਸਕਦੇ ਹਾਂ। ਬਹੁਤ ਸਵਾਦ ਲੱਗਦਾ ਜਿਹੜਾ ਤਾਜ਼ਾ ਸਾਗ, ਤਾਂ ਸਵਾਦ ਹੀ ਲੱਗਦਾ। ਡੱਬਿਆਂ ਦਾ ਤੁਹਾਨੂੰ ਪਤਾ ਹੀ ਮਿਲਦਾ ਹੀ ਹੈ, ਪਰ ਡੱਬਿਆਂ ਦਾ ਸਾਗ ਨਹੀਂ ਸਵਾਦ ਹੁੰਦਾ। ਇਹ ਗੰਦਲਾਂ ਮੈਂ ਲਿਆ ਕੇ ਸਾਫ਼ ਕਰਕੇ ਧੋ ਕੇ ਸੁਕਾ ਕੇ ਰੱਖੀਆਂ ਨੇ। ਦੇਖੋ ਹਰੀਆਂ ਗੰਦਲਾਂ ਹੈਗੀਆਂ ਪਰ ਮੋਟੀਆਂ ਹੀ ਨੇ। ਜੇ ਮੋਟੀਆਂ ਗੰਦਲਾਂ ਨੇ, ਇਹਨਾਂ ਨੂੰ ਮੈਂ ਛਿੱਲ ਲਿਆ, ਇੱਦਾਂ ਛਿਲਕਾ ਲਾ ਲਿਆ ਸਾਰਾ ਹੀ। ਕੋਈ ਸਾਗ ਤਾਂ ਗੰਦਲਾਂ ਨਾਲ ਹੀ ਬਣਦਾ, ਪੱਤਰਾਂ ਨਾਲ ਨਹੀਂ ਬਣਦਾ ਹੈਗਾ ਗੰਦਲਾਂ, ਪਰ ਮੋਟੀਆਂ ਬਹੁਤ ਨੇ। ਤੁਹਾਨੂੰ ਪਤਾ ਦੁਕਾਨਾਂ 'ਤੇ ਮੋਟਾ ਹੀ ਸਾਗ ਗੰਦਲਾਂ ਵਾਲਾ ਸਾਗ ਮਿਲਦਾ, ਅਸੀਂ ਕਿਹੜਾ ਖੇਤਾਂ 'ਚ ਤੋੜ ਕੇ ਲਿਆਉਣਾ ਜਿਹੜਾ ਪਤਲੀਆਂ ਗੰਦਲਾਂ ਵਾਲਾ ਅਤੇ ਕੂਲੀਆਂ ਨੇ। ਅੱਧਾ ਕਿਲੋ ਮੈਂ ਪਾਲਕ ਲਿਆਈ ਹਾਂ, ਇਹਨੂੰ ਵੀ ਮੈਂ ਧੋ ਕੇ ਸਾਫ਼ ਕਰਕੇ ਰੱਖੀ ਹੈ। ਹੁਣ ਮੈਂ ਤੁਹਾਨੂੰ ਕੱਟਣਾ ਸਿਖਾਉਂਦੀ ਹਾਂ। ਇੱਕ ਪਾਸੇ ਮੈਂ ਗੈਸ ਔਨ ਕਰਨੀ ਸੋਚ, ਕੁੱਕਰ ਰੱਖ ਦਿੱਤਾ ਉੱਪਰ ਮੈਂ। ਹੁਣ ਸਭ ਤੋਂ ਪਹਿਲਾਂ ਮੈਂ ਸਾਗ ਕੱਟਣੀ ਆ। ਆਹ ਦੇਖਿਓ, ਇੱਕ ਮੁੱਠੀ ਅਸੀਂ ਇਸ ਤਰ੍ਹਾਂ ਕੱਟ ਕੇ ਇੱਥੇ ਫੜ ਕੇ ਦੇਖਿਓ, ਬਰੀਕ ਬਰੀਕ ਇਸ ਤਰ੍ਹਾਂ ਕੱਟ ਲੈਣਾ ਸੀ। ਦੇਖਿਓ ਗੰਦਲਾਂ ਕੂਲੀਆਂ ਨੇ, ਕੱਟਿਆ ਸਾ ਨਹੀਂ ਜਾਂਦਾ, ਇੰਨਾ ਔਖਾ ਨਹੀਂ ਹੈਗਾ, ਪਰ ਥੋੜ੍ਹਾ ਖਿਆਲ ਰੱਖਣਾ ਪੈਂਦਾ ਹੱਥ ਦਾ। ਬਿਲਕੁਲ ਇਹਨੂੰ ਘੁੱਟ ਕੇ ਫੜਨਾ ਸੀ, ਇਹਨੂੰ ਦਬਾਉਣਾ ਹੈ ਗੰਦਲਾਂ ਨੂੰ, ਇੱਦਾਂ ਸਾਗ ਨੂੰ ਮੁੱਠੀ 'ਚ ਦਬਾ ਕੇ ਫਿਰ ਅਸੀਂ ਕੱਟਣਾ। ਸਰਦੀਆਂ ਦਾ ਮੌਕਾ ਆ ਗਿਆ ਸਾਗ ਦਾ, ਦਿਲ ਕਰਦਾ ਤਾਜ਼ਾ ਸਾਗ ਲਿਆ ਕੇ ਬਣਾ ਖਾਈਏ। ਮੇਰੇ ਬੜੇ ਦਿਨ ਦਾ ਮਨ ਕਰਦਾ ਪਿਆ ਸੀ, ਅਤੇ ਮੈਂ ਫਿਰ ਕੱਲ੍ਹ ਬਾਜ਼ਾਰ ਗਈ ਅਤੇ ਸਾਗ ਪਿਆ, ਫਿਰ ਮੈਂ ਲੈ ਕੇ ਆਈ, ਰਾਤ ਲੈ ਕੇ ਆਈ ਸੀ। ਹੁਣ ਮੈਂ ਸਵੇਰੇ ਸਾਫ਼ ਕਰਕੇ ਇਹਨੂੰ ਰੱਖ ਲਿਆ, ਸੁਕਾ ਧੋ ਕੇ ਦੋ ਪਾਣੀ ਨੇ ਧੋਤਾ। ਪਾਲਕ ਜਦੋਂ ਬਹੁਤ ਕਿਰਕ ਸੀ, ਗੰਦਲਾਂ ਦਾ ਸਾਗ ਸਾਫ਼ ਹੀ ਸੀ, ਇਹਦੇ 'ਚ ਨਹੀਂ ਇੰਨਾ ਗੰਦ ਨਹੀਂ ਸੀ ਹੈਗਾ, ਰੇਤ ਨਹੀਂ ਸੀ, ਉਹਦੇ 'ਚ ਬਹੁਤ ਰੇਤਾ ਸੀ। ਇੱਕ ਗਲਾਸ ਅਸੀਂ ਪਾਣੀ ਪਾਵਾਂਗੇ ਪਹਿਲਾਂ ਕੁੱਕਰ 'ਚ। ਇੱਕ ਗਲਾਸ ਮੈਂ ਪਾਣੀ ਪਾ ਲਿਆ, ਪਾਣੀ ਸਾਡਾ ਗਰਮ ਹੋਏਗਾ, ਫਿਰ ਮੈਂ ਨਾਲੋ ਨਾਲ ਹੀ ਕੱਟੀ ਜਾਵਾਂਗੀ, ਨਾਲ ਨਾਲ ਸਾਗ ਨਾ ਕੁੱਕਰ 'ਚ ਪਾਈ ਜਾਵਾਂਗੀ। ਕਰਨੀ ਪੈਂਦੀ ਹੈ, ਹੱਥ ਬਚਾਉਣਾ ਪੈਂਦਾ, ਹੱਥ ਨਾਲ ਕੱਟਿਆ ਜਾਵੇ ਧਿਆਨ ਨਾਲ। ਇੰਡੀਆ ਤੁਹਾਨੂੰ ਪਤਾ ਹੀ ਹੈ, ਟੋਕੇ ਹੁੰਦੇ ਅੱਜ ਕੱਲ੍ਹ ਚੱਲੇ ਨੇ, ਦਾਤਰੇ ਹੁੰਦੇ ਸੀ, ਦਾਤਰੇ ਨੇ ਕੱਟਣਾ, ਦਾਤਰੀਆਂ ਨੇ ਕੱਟਣਾ, ਗੋਹਿਆਂ ਨਾਲ ਬਣਾਉਣਾ। ਕੱਟ ਕੇ ਪਾਈ ਜਾਵਾਂਗੇ, ਇਹ ਆਪਣੇ ਆਪ ਹੀ ਜਦੋਂ ਪਾਣੀ ਗਰਮ ਹੋ ਗਿਆ ਥੱਲੇ ਬੈਠੀ ਜਾਣਾ, ਫਿਰ ਨਾਲ ਉਹਨਾਂ ਮੈਂ ਕੱਟ ਕੇ ਪਾਈ ਜਾਣਾ। ਸਾਗ ਸਾਡਾ ਥੋੜ੍ਹਾ ਜਿਹਾ ਥੱਲੇ ਚੱਲ ਗਿਆ, ਨੀਵਾਂ ਹੋ ਗਿਆ, ਬੈਠ ਗਿਆ। ਇਹ ਵੀ ਸਾਗ ਜਿਹੜਾ ਸਾਡਾ ਕੱਟਿਆ ਹੋਇਆ, ਇਹ ਵੀ ਪਾ ਦਿਓ, ਕਿੰਨਾ ਬਰੀਕ ਬਰੀਕ ਸਾਗ ਕੱਟਿਆ। ਇੱਕ ਜਿਹੜੀ ਪਾਲਕ ਹੈ, ਮੈਂ ਪਾਲਕ ਤਾਂ ਸ਼ੁਰੂ ਕਰਨੀ ਹੈ ਕੱਟਣੀ। ਪਾਲਕ ਦੇਖੋ ਕਿੰਨੇ ਕਿੰਨੇ ਚੌੜੇ ਪੱਤੇ ਨੇ ਪਾਲਕ ਦੇ, ਡੰਡੀਆਂ ਤਾਂ ਮੈਂ ਲਾਤੀਆਂ ਨੀ, ਇਹਨੂੰ ਮੈਂ ਤਿੰਨ ਪਾਣੀ ਧੋਤੀ, ਰੇਤਾ ਬਹੁਤ ਸੀ ਇਹਦੇ 'ਚ, ਰੇਤਾ ਬਹੁਤ ਜ਼ਿਆਦਾ ਸੀ। ਫਿਰ ਜਿਹਦੇ ਇਹਦੇ ਸਾਗ ਵਿੱਚ ਰੇਤ ਆ ਜਾਵੇ ਪਾਲਕ ਦੇ ਵਿੱਚ, ਫਿਰ ਖਾਣ ਦਾ ਮਜ਼ਾ ਨਹੀਂ ਆਉਂਦਾ ਹੈਗਾ, ਕਿਉਂਕਿ ਇੱਕ ਵਾਰ ਚੀਜ਼ ਨਹੀਂ ਚੰਗੀ ਲੱਗਦੀ, ਫਿਰ ਸਾਰਾ ਹੀ ਬੇਕਾਰ ਜਾਂਦਾ। ਇਹਨੂੰ ਇਹ ਜ਼ਰੂਰ ਖਿਆਲ ਰੱਖਣਾ ਤੁਸੀਂ, ਦੋ ਤਿੰਨ ਪਾਣੀ ਧੋ ਰਹੇ ਆ ਰੇਤ ਨਾ ਕੱਢੋ, ਚੰਗੀ ਤਰ੍ਹਾਂ ਭਰ ਕੇ ਕਿਸੇ ਬਾਲਟੀ ਵਗੈਰਾ 'ਚ, ਅਤੇ ਫਿਰ ਤੁਸੀਂ ਧੋਵੋ। ਅਤੇ ਹੋਰ ਮੈਂ ਕਰਨੀ ਪਾਲਕ ਸ਼ੁਰੂ ਕੱਟਣੀ, ਦੇਖ ਬਰੀਕ ਬਰੀਕ ਨਾ, ਤੁਸੀਂ ਧਨੀਆ ਵੀ ਪਾ ਸਕਦੇ ਵਿੱਚ, ਤੁਹਾਡੀ ਮਰਜ਼ੀ ਹੈ। ਕਈ ਮੇਥੇ ਪਾਉਂਦੇ, ਪਰ ਮੈਂ ਮੇਥਰੇ ਨਹੀਂ ਪਾਉਂਦੀ, ਮੇਥਰੇ ਨੇ ਮੈਂ ਇੱਕ ਵਾਰ ਪਾਇਆ ਸੀ ਕੌੜਾ ਹੋ ਜਾਂਦਾ, ਇਸ ਕਰਕੇ ਮੈਂ ਮੇਥਰੇ ਨਹੀਂ ਪਾਉਂਦੀ ਹੈਗੀ। ਪਾਲਕ 'ਤੇ ਮੈਂ ਸਾਗ ਹੀ ਬਣਾਉਂਦੀ ਹਾਂ, ਜੇ ਧਨੀਆ ਪਾਉਣਾ ਹੁੰਦਾ ਤੜਕੇ 'ਚ ਲਾ ਲਓ, ਤੁਸੀਂ ਪਾ ਲਓ ਥੋੜ੍ਹਾ ਜਿਹਾ। ਲੈ ਪਾਲਕ ਕੱਟ ਕੇ, ਮੇਰੀ ਸਾਰੀ ਮੈਂ ਪਾਲਕ ਕੱਟ ਕੇ ਵਿੱਚ ਪਾ ਦਿੱਤੀ,
ਹੁਣ ਥੋੜ੍ਹਾ ਜਿਹਾ ਮੈਂ ਇਹਨੂੰ ਸਾਗ ਨੂੰ ਦਵਾਵਾਂਗੀ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣੀ ਵਿੱਚ ਕੀ ਪਾਉਣਾ ਸੀ। ਰੀਤੇ ਸਾਗ 'ਚ 5-7 ਮਿਰਚਾਂ ਲਵਾਂਗੀ, ਥੋੜ੍ਹੀ ਅਦਰਕ, ਉਹਨੂੰ ਮੈਂ ਕੁੱਟ ਕੇ ਵਿੱਚ ਪਾ ਦਾਂਗੀ, ਥੋੜ੍ਹਾ ਨੀਵਾ ਲੈ ਲਓ। ਤਾਂ ਦੇਖਦੇ ਸਾਗ ਨੂੰ ਨੀਵਾ ਹੋਇਆ ਕਿ ਨਹੀਂ। ਹਾਂ, ਰਿੱਚਣ ਡਿਆ ਥੋੜ੍ਹਾ ਜਿਹਾ, ਇਹਨੂੰ ਲਾ ਦਈਏ। ਦਮ ਦੇਣੀ ਫਿਰ ਬੰਦ ਕਰ ਲੈਂਦੀ ਹਾਂ। ਅਤੇ ਹੁਣ ਮੈਂ ਇਹਦੇ 'ਚ ਸਾਗ ਦੇ ਵਿੱਚ ਆਹ 5-6 ਮਿਰਚਾਂ ਲਿੱਤੀਆਂ ਨੇ, 7 ਮਿਰਚਾਂ ਨੇ, ਅਤੇ ਅਦਰਕ ਦੇ 2 ਟੁੱਟੇ ਛੋਟੇ ਛੋਟੇ। ਇਹਨੂੰ ਹੁਣ ਮੈਂ ਮਸ਼ੀਨ ਦੇ ਵਿੱਚ ਕਰਕੇ ਬਿਲਕੁਲ ਬਰੀਕ ਕੁੰਡੇ ਵਾਂਗੂ ਹੁੰਦਾ ਇਹਦੇ 'ਚ, 5-7 ਕੱਟ ਕੇ ਮੈਂ ਵਿੱਚ ਸੁੱਟ ਦੇਣੀਆਂ ਨੇ, ਅਤੇ ਇਹ ਫਿਰ ਰਿੱਝਣਗੇ ਵਿੱਚ ਮਿਕਸ ਹੋ ਜਾਣਗੀਆਂ, ਨਾਲੇ ਤੇ ਕੋੜ ਮਰ ਜਾਂਦੀ ਜ਼ਿਆਦਾ। ਕੌੜੀਆਂ ਘੱਟ ਹੀ ਨੇ, ਦੇਖ ਕਰਕੇ ਕੁੰਡੇ 'ਚ ਕੁੱਟ ਕੇ ਸੁੱਟ ਸਕਦੇ ਹਾਂ ਆਪਾਂ। ਇਹ ਕੁੰਡੇ ਵਾਲੇ ਮਸਾਲਾ ਬਣਦਾ ਇਹਦੇ 'ਚ, ਬਿਲਕੁਲ ਹੋ ਜਾਂਦਾ ਸਹੀ ਹੱਥ ਨਾਲ। ਹੁਣ ਅਸੀਂ ਹੁਣ ਮੈਂ ਦੇਖਿਓ ਇੱਦਾਂ ਬਰੀਕ ਕਰ ਲੈਣਾ ਕਰਕੇ, ਬਿਲਕੁਲ ਬਰੀਕ ਕਰ ਲੈਣਾ। ਹੁਣ ਸਾਗ ਦੇ ਵਿੱਚ ਪਾ ਦਾਂਗੇ। ਜਿਹੜੀ ਕੌੜੀਆਂ ਵੀ ਕੌੜ ਮਰ ਜਾਂਦੀ ਹੈ ਰਿੱਝ ਕੇ ਨਾ, ਸਾਡੇ ਥੋੜ੍ਹੀ ਘੱਟ ਹੋ ਜਾਂਦੀ ਹੈ। ਹੁਣ ਮੈਂ 1 ਚਮਚਾ ਸੀ ਇਹ 1/2 ਕੁ ਚਮਚਾ ਨਮਕ ਦਾ ਪਾ ਦਿੰਦੇ ਹਾਂ। ਘੱਟ ਹੋਏਗਾ ਫਿਰ ਬਾਅਦ 'ਚ ਵੀ ਪੈ ਜਾਂਦਾ ਨਾ, ਵੱਧ ਤਾਂ ਇਲਾਜ ਨਹੀਂ ਹੁੰਦਾ, ਘੱਟ ਤਾਂ ਹੋ ਜਾਂਦਾ। ਪਾਣੀ ਪੂਰਾ ਹੀ ਹੈ, ਪਾਣੀ ਵਿੱਚੋਂ ਵੀ ਨਿਕਲਿਆ ਹੈ ਨਾ ਸਾਗ, ਤਾਂ ਧੋਤਾ ਸੀ ਸਾਗ। ਸਾਗ ਨੂੰ 2-3 ਮੈਂ ਸੀਟੀਆਂ ਵਜਾ ਲੈਂਦੀ ਹਾਂ ਬੰਦ ਕਰਕੇ ਕੁੱਕਰ ਨੂੰ। ਇਸਨੂੰ ਬੰਦ ਕਰ ਦਿੰਦੀ ਹਾਂ, ਥੋੜ੍ਹਾ ਜਿਹਾ ਗੈਸ ਚਾਰਤ ਕਰ ਦਿੰਦੀ ਹਾਂ ਕਿ ਪੱਕ ਜੇ, ਮੱਠਾ ਮੱਠਾ ਬਣੇ। ਜਦੋਂ 2-3 ਸੀਟੀਆਂ ਵੱਜ ਗਈਆਂ, 3-4 ਵੱਜ ਜਾਣਗੀਆਂ, 4-5 ਸੀਟੀਆਂ ਬਣਾਵਾਂਗੀ, ਅਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਖੁੱਲ੍ਹਾ ਬਣਾਵਾਂਗੀ, ਤੌੜੀ ਵਾਂਗੂ ਖੁੱਲ੍ਹਾ ਰਹਿਣਾਗੀ, ਅਤੇ ਉਸ ਤੋਂ ਬਾਅਦ ਮੈਂ ਦੇਖਾਂਗੀ ਸਾਗ ਮੇਰਾ ਕਿੰਨਾ ਕੁ ਟਾਈਮ ਰਹਿ ਗਿਆ ਬਣਨ ਵਾਸਤੇ। ਅਤੇ ਉਸ ਤੋਂ ਬਾਅਦ ਮੈਂ ਤੜਕਾ ਲਾਉਣਾ ਵੀ ਤੁਹਾਨੂੰ ਦੱਸਾਂਗੀ, ਮੱਕੀ ਦੀ ਰੋਟੀ ਵੀ ਨਾਲ ਦੱਸਾਂਗੀ, ਮੱਖਣ ਬਣਾਉਣਾ ਵੀ ਦੱਸਾਂਗੀ, ਸਭ ਕੁਛ ਦੱਸਦੀ ਹਾਂ। ਫਿਰ ਤੁਹਾਨੂੰ ਇੰਡੀਆ ਯਾਦ ਆਉਂਦਾ ਕਿ ਨਹੀਂ ਆਉਂਦਾ ਮੇਰੇ ਭੈਣਾਂ ਨੂੰ, ਦੇਖਿਓ। ਅਤੇ ਜੇ ਮੇਰੀ ਸਾਗ ਦੀ ਰੈਸਪੀ ਮੈਨੂੰ ਪਸੰਦ ਆਵੇ ਤੁਹਾਨੂੰ, ਤਾਂ ਤੁਸੀਂ ਸ਼ੇਅਰ ਵੀ ਕਰਿਆ ਕਰੋ, ਅਤੇ ਲਾਈਕ ਵੀ ਕਰਿਆ ਕਰੋ, ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਿਆ ਕਰੋ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ। ਚਾਰ ਸੀਟੀਆਂ ਸਾਡੀਆਂ ਵੱਜ ਗਈਆਂ, 4-5। ਹੁਣ ਅਸੀਂ ਦੇਖਦੇ ਹਾਂ ਸਾਗ ਖੋਲ੍ਹ ਕੇ, ਸਾਗ ਨੂੰ ਲਾ ਕੇ ਦੇਖੀਏ ਮਦਰੇ ਦੀ ਸਹਾਇਤਾ ਨਾਲ। ਇਹ ਅਸੀਂ ਮਦਨਾ ਵੀ ਰੱਖੇ ਆ, ਦੇਖੋ, ਪਰ ਪੰਜਾਬੀ 'ਚ ਇਹਨੂੰ ਕਹਿੰਦੇ ਸਾਗ ਘੋਟਣ ਵਾਲਾ ਮਦਨਾ। ਸਾਗ ਬਣ ਗਿਆ ਲੱਗ, ਸਾਗ ਤਾਂ ਘੁੱਲ ਗਿਆ। ਹੁਣ ਅਸੀਂ ਇਹਨੂੰ ਹੁਣ ਸਾਗ ਨੂੰ ਅਸੀਂ 10 ਕੁ ਮਿੰਟ ਨੰਗਾ ਹੀ ਰਹਿਣਾ, ਥੋੜ੍ਹਾ ਜਿਹਾ ਨਾ ਥੋੜ੍ਹੀ ਹਵਾ ਨਿਕਲੇ। ਇੱਕ ਪਲੇਟ ਦਿੰਦੇ ਉੱਪਰ, ਹਦੋਂ ਹਵਾ ਨਿਕਲੇਗੀ, ਪੂਰਾ ਬੰਦ ਨਹੀਂ ਕਰਨਾ। 10 ਮਿੰਟ ਅਸੀਂ ਇਹਨੂੰ ਹੋਰ ਬਣਾਉਂਦੇ ਹਾਂ, ਉਸ ਤੋਂ ਬਾਅਦ ਸਾਡਾ ਸਾਗ ਬਣ ਜਾਣਾ।
ਫਿਰ ਅਸੀਂ ਤੜਕਾ ਲੈਂਦੇ ਹਾਂ, ਤੜਕ ਦਾ ਸਮਾਨ ਕੋਲ ਕੱਟ ਲੈਂਦੇ ਹਾਂ। ਤੜਕੇ ਦੇ ਵਿੱਚ ਮੈਂ ਦੋ ਟਮਾਟਰ ਪਾਵਾਂਗੀ ਕੱਟ ਕੇ, ਪਿਆਜ਼ ਛੋਟਾ ਜਿਹਾ ਹੀ ਪਾਵਾਂਗੀ, ਟਮਾਟਰ ਦੋ ਕੱਟ ਕੇ ਰੱਖ ਲਏ, ਪਿਆਜ਼ ਵੀ ਮੈਂ ਕੱਟ ਕੇ ਰੱਖ ਲਿਆ। ਦੇਖਣਾ ਸਾਗ ਸਾਡਾ ਘੁਲ ਕੇ ਤਿਆਰ ਹੋ ਗਿਆ, ਬਣ ਗਿਆ। ਹੁਣ ਇਹਨੂੰ ਅਸੀਂ ਸਾਗ ਨੂੰ ਘੋਟਨੇ ਆਲਣ ਪਾ ਕੇ, ਆਲਣ ਕਿਹਨੂੰ ਕਿਹਾ, ਮੱਕੀ ਦੇ ਆਟੇ ਨੂੰ ਆਲਣ ਕਹਿੰਦੇ ਸੀ ਪਹਿਲਾਂ, ਅਸੀਂ ਪੰਜਾਬੀ 'ਚ ਕਹਿੰਦੇ ਹੁੰਦੇ ਆਲਣ ਪਾ ਕੇ ਸਾਗ ਨੂੰ ਘੋਟੋ, ਅਤੇ ਅਸੀਂ ਉਸੇ ਪੰਜਾਬੀ ਤਰੀਕੇ ਨਾਲ ਆਲਣ ਪਾਵਾਂਗੇ, ਕੱਚਾ ਹੀ ਆਟਾ ਪਾਵਾਂਗੇ ਅਤੇ ਉਸਦਾ ਹੀ ਘੋਲਾਂਗੇ ਅਸੀਂ, ਸਾਗ ਘੋਟਾਂਗੇ। ਗੈਸ ਬੰਦ ਕਰਤਾ ਮੈਂ, ਇੱਧਰ ਕਰ ਲੈਂਦੀ ਹਾਂ, ਠੰਡਾ ਹੋ ਜਾਏਗਾ ਥੋੜ੍ਹਾ ਜਿਹਾ। ਫਿਰ ਅਸੀਂ ਇਹਨੂੰ ਆਲਣ ਪਾ ਕੇ ਸਾਗ ਨੂੰ ਘੋਟਣਾ ਹੈ, ਥੋੜ੍ਹਾ ਥੋੜ੍ਹਾ ਅਸੀਂ ਆਲਣ ਪਾਈ ਜਾਣਾ। ਦੇਖਣਾ ਹੱਥ ਦੇ ਨਾਲ ਦੋ ਕੁ ਚਮਚੇ ਪਾਵਾਂਗੇ ਅਤੇ ਇਸਨੂੰ ਇਸ ਤਰ੍ਹਾਂ ਦਬਾ ਕੇ ਸਾਗ ਨੂੰ ਅਸੀਂ ਘੋਟਾਂਗੇ। ਸਾਗ ਸਾਡਾ ਘੁਲ ਗਿਆ ਬਿਲਕੁਲ ਗੰਦਲਾ, ਥੋੜ੍ਹਾ ਜਿਹਾ ਆਟਾ ਹੋਰ ਪਾਉਂਦੇ ਹਾਂ ਅਸੀਂ ਬਰੀਕ ਬਰੀਕ, ਇਹ ਆਟਾ ਬਹੁਤਾ ਬਰੀਕ ਨਹੀਂ ਹੈਗਾ, ਥੋੜ੍ਹਾ ਮੋਟਾ ਹੈ। ਆਲਣ ਕਾਹਦੇ ਵਾਸਤੇ ਪਾਇਆ ਜਾਂਦਾ ਹੈ ਸਾਗ ਦੇ ਵਿੱਚ, ਕਿ ਜਿਹੜਾ ਸਾਗ ਦੇ ਵਿੱਚ ਪਾਣੀ ਹੁੰਦਾ ਉਹ ਪਾਣੀ ਆਟਾ ਸਿੰਮ ਜੇ, ਆਟਾ ਪਾਣੀ ਨੂੰ ਸਿੰਮਿਆ ਜਾਂਦਾ, ਪਾਣੀ ਨਹੀਂ ਦਿਸਦਾ, ਫਿਰ ਇਸ ਕਰਕੇ ਆਲਣ ਪਾਇਆ ਜਾਂਦਾ ਸਾਗ ਦੇ ਵਿੱਚ। ਕਿਵੇਂ ਸਾਗ ਘੁਲਿਆ? ਡੇਢ ਘੰਟਾ ਹੋ ਗਿਆ ਸਾਗ ਰੱਖੇ ਨੂੰ, ਸਾਡਾ ਤਿਆਰ ਹੋ ਗਿਆ ਘੋਟ ਕੇ ਸਾਗ। ਦੇਖੋ ਮਲਾਈ ਵਰਗਾ ਬਣਿਆ ਸਾਗ, ਬਣਿਆ ਕਿ ਨਹੀਂ ਇੰਡੀਆ ਵਰਗਾ ਸਾਗ, ਮਸ਼ੀਨ ਮਾਰ ਕੇ ਘੋਲਿਆ ਜਾਣਾ ਸੀ, ਮਹਿੰਦੀ ਵਰਗਾ ਹੋ ਜਾਣਾ ਸੀ, ਇਹ ਆਪਣੇ ਮਲਾਈ ਵਰਗਾ ਬਣਿਆ, ਕੁਛ ਨਹੀਂ ਪਾਇਆ, ਸਿੰਪਲ ਤਰੀਕੇ ਨਾਲ ਬਣਾਇਆ ਆਪਣਾ ਪੰਜਾਬੀ ਤਰੀਕੇ ਨਾਲ। ਹੁਣ ਅਸੀਂ ਇੱਧਰ ਤੜਕਾ ਲਾਉਂਦੇ ਹਾਂ, ਗੈਸ ਔਨ ਕਰਨੇ ਹਾਂ, ਘਿਓ ਦੇਸੀ ਪਾਉਣ ਲੱਗੇ ਕੜਛੀ, ਫਿਰ ਸਾਗ ਨੂੰ ਦੇਸੀ ਘਿਓ ਦੇ ਤੜਕਾ ਲਾ ਕੇ ਖਾਓ ਤਾਂ ਮਜ਼ਾ ਆਉਂਦਾ। ਘਿਓ ਮੇਰਾ ਗਰਮ ਹੋ ਗਿਆ, ਹੁਣ 8-10 ਆਪਣੀਆਂ ਲਸਣ ਦੀਆਂ ਤੁਰੀਆਂ ਮੈਂ ਛਿੱਲ ਕੇ ਇਹਨੂੰ ਬਰੀਕ ਮੋਟੀਆਂ ਮੋਟੀਆਂ ਕੁੱਟੀਆਂ ਨੇ, ਮੋਟੀ ਬਿਲਕੁਲ ਮੋਟੀ, ਬਰੀਕ ਵੀ ਨਹੀਂ ਕੀਤੀ ਨਾ ਬਹੁਤੀ ਮੋਟੀ ਹੈ, ਅਤੇ ਅੱਧਾ ਇਹ ਛੋਟਾ ਜਿਹਾ ਪਿਆਜ਼ ਇਹਦੇ 'ਚ ਬਰੀਕ ਕੀਤਾ, ਬਹੁਤਾ ਮੋਟਾ ਨਹੀਂ ਕੱਟ ਕੇ ਪਾਉਣਾ ਸਾਗ ਦੇ ਵਿੱਚ, ਉਹ ਫਿਰ ਮੋਟਾ ਮੋਟਾ ਮੂੰਹ 'ਚ ਆਉਂਦੇ ਨੇ, ਬਿਲਕੁਲ ਬਰੀਕ ਹੋਏਗਾ ਅਤੇ ਪਤਾ ਨਹੀਂ ਚੱਲੇਗਾ। ਅਤੇ ਹਰੀਆਂ ਮਿਰਚਾਂ ਅਦਰਕ ਮੈਂ ਅੱਗੇ ਪਾ ਤੀ, ਲਾਲ ਕਰਨੇ ਥੋੜ੍ਹੇ ਕੱਚੇ ਨਹੀਂ ਰੱਖਣੇ ਸਾਗ, ਤੜਕਾ ਮੈਂ ਮਿੱਠਾ ਹੋਣਾ, ਪਿਆਜ਼ ਇਸ ਕਰਕੇ ਮੈਂ ਘੱਟ ਪਾਇਆ ਅਤੇ ਸਾਗ ਮਿੱਠਾ ਜਿਹਾ ਹੋ ਜਾਂਦਾ। ਪਿਆਜ਼ ਸਾਡੇ ਲਾਲ ਹੋ ਗਏ, ਅਤੇ ਟਮਾਟਰ ਪਾ ਲਏ, ਟਮਾਟਰ ਸਾਡੇ ਘੁਲ ਗਏ, ਸਾਡਾ ਤਿਆਰ ਹੋ ਚੁੱਕਿਆ ਟਮਾਟਰ, ਇਸ ਕਰਕੇ ਅਸੀਂ ਬਿਲਕੁਲ ਬਰੀਕ ਕਰਨੇ ਨੇ, ਪੀਸ ਨਾ ਦਿਸਣ ਵਿੱਚ
ਸਾਗ ਦੇ ਫਿਰ ਪਤਾ ਨਹੀਂ ਸਾਰਾ ਮੈਚ ਕਰਨਾ ਚਾਹੀਦਾ। ਮਟਰ ਮੈਚ ਹੋ ਗਏ, ਸਾਡਾ ਮਸਾਲਾ ਬਣ ਗਿਆ। ਇਹ ਛੋਟਾ ਅੱਧਾ ਅੱਧੇ ਤੋਂ ਅੱਧਾ ਚਮਚਾ ਮੈਂ ਮਸਾਲਾ ਪਾਵਾਂਗੀ, ਗਰਮ ਜ਼ਿਆਦਾ ਨਹੀਂ, ਮਸਾਲਾ ਥੋੜ੍ਹਾ ਠੀਕ ਹੈ। ਆਹ ਸਬਜ਼ੀ ਮਸਾਲੇ ਖਾਈਦੇ, ਸਾਗ 'ਚ ਮਸਾਲਾ ਘੱਟ ਹੀ ਪਾਈਦਾ। ਸਾਗ ਪਾਵਾਂ ਮੈਂ, ਤੜਕੇ ਸਾਗ ਪਾਈਏ। ਦੋ ਚਾਰ ਮਿੰਟ ਤੋ ਤਪਤੇ ਦੇ ਨਹੀਂ ਲੱਭੂ, ਦੋ ਤਿੰਨ ਮਿੰਟ ਬਾਅਦ ਮੈਂ ਦੇਖਦੀ ਹਾਂ, ਫਿਰ ਸਾਗ ਬਣ ਕੇ ਸਾਡਾ ਤਿਆਰ ਹੋ ਜਾਣਾ। ਪਾਣੀ ਜਿਹੜਾ ਹੈਗਾ ਥੋੜ੍ਹਾ ਜਿਹਾ, ਮੇਰੇ ਸਾਗ ਵਿੱਚ ਬਿਲਕੁਲ ਪਾਣੀ ਮਾਸਾ ਨਹੀਂ ਹੈਗਾ। ਕਈ ਵਾਰ ਪਾਣੀ ਸਾਗ ਕੱਚਾ ਹੋਵੇ ਤਾਂ ਉਹ ਪਾਣੀ ਛੱਡਦਾ, ਜੇ ਸਾਗ ਚੰਗੀ ਤਰ੍ਹਾਂ ਗਲਿਆ ਹੋਵੇ ਗੰਦਲਾ ਘੁਲ ਜਾਣ ਫਿਰ ਕਦੀ ਪਾਣੀ ਸਾਗ ਦੇ ਵਿੱਚ ਆਏ। ਸਾਗ ਬਣ ਕੇ ਮੇਰਾ ਤਿਆਰ ਹੈ, ਤੁਸੀਂ ਵੀ ਜ਼ਰੂਰ ਘਰ ਦੇ ਵਿੱਚ ਬਣਾਇਓ, ਟਰਾਈ ਕਰਿਓ। ਜੇ ਮੇਰੀ ਰੈਸਪੀ ਪਸੰਦ ਆਈ ਹੋਵੇ ਤੁਹਾਨੂੰ ਸ਼ੇਅਰ ਅਤੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਸਤਿ ਸ਼੍ਰੀ ਅਕਾਲ।